ਆਪਣੇ ਇਲਾਕੇ ਦੇ ਪਿੰਡਾਂ, ਸ਼ਹਿਰਾਂ ਅਤੇ ਨਗਰਾਂ ਦੇ ਵਿੱਚ ਨਿੱਜੀ, ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਖੇਡਾਂ ਦੇ ਹਰ ਪ੍ਰਕਾਰ ਦੇ ਪ੍ਰੋਗਰਾਮ ਪੂਰੀ ਦੁਨੀਆ ਦੇ ਵਿੱਚ ਪ੍ਰਸਾਰਿਤ ਕਰਨ ਵਾਸਤੇ HD ਕੁਆਲਿਟੀ ਦੇ ਨਾਲ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਆਵਾਜ਼ੇ ਕੌਮ TV। ਅੱਜ ਹੀ ਸੰਪਰਕ ਕਰੋ ਆਵਾਜ਼ੇ ਕੌਮ TV। ਅਣਖੀ ਖੂਨ ਚੋਂ ਪੈਦਾ ਹੋਇਆ ਹਰਮਿੰਦਰ ਸਿੰਘ ਸੂਰਾ, ਕੌਮ ਲਈ ਹਿੱਕ ਡਾ ਕੇ ਜੂਝਿਆ ਮਰਦ ਬਚਨ ਦਾ ਪੂਰਾ। ਅਣਖੀ ਖੂਨ ਚੋਂ ਪੈਦਾ ਹੋਇਆ ਹਰਮਿੰਦਰ ਸਿੰਘ ਸੂਰਾ, ਕੌਮ ਲਈ ਹਿੱਕ ਡਾ ਕੇ ਜੂਝਿਆ ਮਰਦ ਬਚਨ ਦਾ ਪੂਰਾ। ਸਾ ਕਦੇ ਨਾ ਜਾਹੂ ਡੁੱਲਿਆ ਖੂਨ ਸ਼ਹੀਦਾਂ ਦਾ, ਇੱਕ ਦਿਨ ਰੰਗ ਲਿਹਾਊ ਡੁੱਲਿਆ ਖੂਨ ਸ਼ਹੀਦਾਂ ਦਾ। ਅਮਰ ਸ਼ਹੀਦ ਜਹੇਦਾਰ ਹਰਮਿੰਦਰ ਸਿੰਘ ਜੀ ਮਿੰਟੂ ਨਿਹੰਗ, ਤਿਨ੍ਹਾਂ ਦੇ ਸ਼ਹੀਦੀ ਸਮਾਗਮ ਗੁਰੂ ਨਾਨਕ ਗੁਰਦੁਆਰਾ ਹਾਈ ਸਟਰੀਟ ਸਮੈਦਕ ਵਿਖੇ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ 18 ਅਪ੍ਰੈਲ ਨੂੰ ਖੰਡਪਾਠ ਸਾਹਿਬ ਆਰੰਭ ਹੋਣਗੇ, 20 ਅਪ੍ਰੈਲ ਸ਼ਾਮ ਨੂੰ ਖੰਡਪਾਠ ਸਾਹਿਬ ਦੇ ਭੋਗ ਪੈਣਗੇ, ਉਸ ਤੋਂ ਉਪਰੰਤ ਰਾਗੀ ਕਥਾਵਾਚਕ ਢਾਡੀ ਅਤੇ ਮਹਾਨ ਕਵੀਸ਼ਰੀ ਜਥੇ ਹਾਜ਼ਰੀਆਂ ਲਵਾਉਣਗੇ। ਸਮੂਹ ਸੰਗਤਾਂ ਨੂੰ ਹੁੰਮ ਹਮਾ ਕੇ ਜੰਗੇ ਆਜ਼ਾਦੀ ਔਰ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਲੜਦੇ ਹੋਏ ਮਹਾਨ ਸ਼ਹੀਦ ਭਾਈ ਹਰਮਿੰਦਰ ਸਿੰਘ ਜੀ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਹੁੰਮ ਹਮਾ ਕੇ ਪਹੁੰਚੋ ਜੀ। ਵਧੇਰੇ ਜਾਣਕਾਰੀ ਵਾਸਤੇ ਆਪ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ। ਸਾਰੇ ਪ੍ਰੋਗਰਾਮ ਆਵਾਜ਼ੇ ਕੌਮ TV 'ਤੇ ਲਾਈਵ ਵਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਲਾਂ ਕੱਟੀਆਂ ਸਹਿਤ ਸ਼ਬਦ ਸਿਰ ਨਾਲ ਸਿਦਕ ਨਿਭਾਇਆ, ਅਜੇ ਕੌਮ ਦੀ ਅਣਖ ਜਿਉਂਦੀ ਜਾਬਰ ਨੂੰ ਸਮਝਾਇਆ। ਅਣਖੀ ਪਿਓ ਦਾ ਨਾ ਚਮਕਾਇਆ ਮੌਤ ਨਾ ਲੈ ਕੇ ਲਾਵਾਂ, ਹਰਮਿੰਦਰ ਸਿੰਘ ਇਸ ਦੁਨੀਆ ਤੇ ਗਿਆ ਚਮਕਾ ਕੇ ਨਾਵਾਂ, ਹਰਮਿੰਦਰ ਸਿੰਘ ਇਸ ਦੁਨੀਆ ਤੇ ਗਿਆ ਚਮਕਾ ਕੇ ਨਾਵਾਂ।